ਕਾਂਗਰਸ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਦੀ ਪਤਨੀ ਅਤੇ ਸਾਬਕਾ ਕਾਂਗਰਸੀ ਵਿਧਾਇਕਾ ਹਰਬੰਸ ਕੌਰ ਦੁੱਲੋ ਅੱਜ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਰਸਮੀ ਤੌਰ 'ਤੇ ਸ਼ਾਮਲ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ ਨੇ ਹਰਬੰਸ ਕੌਰ ਦੁੱਲੋ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਵੀ ਬਣਾ ਲਿਆ ਹੈ। ਹਰਬੰਸ ਕੌਰ ਦੁੱਲੋ ਦੇ ਨਾਲ ਸਾਲ 2017 ਵਿੱਚ ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੌਜਵਾਨ ਆਗੂ ਤਰਨਜੀਤ ਸਿੰਘ ਸੰਨੀ ਨੇ ਵੀ ਆਪਣੇ 100 ਤੋਂ ਵੱਧ ਨੌਜਵਾਨ ਸਾਥੀਆਂ ਨਾਲ ਘਰ ਵਾਪਸੀ ਕਰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਲੰਧਰ ਤੋਂ ਰਵੀ ਗਿੱਲ ਅਤੇ ਸੁਸ਼ੀਲ ਹੰਸ ਦੀ ਰਿਪੋਰਟ। ਜੀ ਮੈਮ, ਕੀ ਨਾਮ ਤੁਹਾਡਾ? ਜਿਹੜਾ ਤੁਸੀਂ ਆਮ ਪਾਰਟੀ 'ਚ ਸ਼ਾਮਲ ਹੋਏ ਹੋ, ਉਸਦੇ ਬਾਰੇ ਆਮ ਪਾਰਟੀ 'ਚ ਮੈਡਮ ਸ਼ਾਮਲ ਹੋਏ ਹੋ, ਉਸਦੇ ਬਾਰੇ ਕੀ ਕਹਿਣਾ? ਹਾਂ, ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਹੈ, ਮੈਨੂੰ ਇਹਨਾਂ ਨੂੰ ਲੋੜ ਸੀ ਔਰ ਮੈਨੂੰ ਵੀ ਸੀ। ਚਲੋ, ਸਾਡਾ ਵਿਆਹ ਵਾ, ਸਾਡੇ ਲੋਕ ਨੇ, ਸਾਡੇ ਸਾਰਾ ਕੁਛ ਹੈਗਾ ਆ, ਸੇਵਾ ਕਰਨ ਦਾ ਸਾਨੂੰ ਮੌਕਾ ਮਿਲੂਗਾ, ਅਸੀਂ ਸੇਵਾ ਕਰਾਂਗੇ। ਮੈਂ ਵੀ ਕਾਂਗਰਸ ਦੇ ਵਿੱਚ ਹੀ ਸੀਗੀ। ਚਲੋ, ਉਹ ਇੱਕ ਗੱਲ, ਉਹ ਸਾਡੇ ਘਰ ਦੀ ਅੰਦਰਲੀ ਗੱਲ ਹੈ। ਮੈਂ ਆਈ ਹਾਂ ਪੋਲਿਟਿਕਸ ਦੇ ਵਿੱਚ ਬਾਹਰ, ਅਸੀਂ ਬਾਹਰ ਦੀ ਗੱਲ ਕਰਾਂਗੇ। ਅਸੀਂ ਜੋ ਬਾਹਰ ਸਾਨੂੰ ਸੇਵਾ ਦਾ ਮੌਕਾ ਮਿਲੂਗਾ, ਜਿੱਥੋਂ ਮਿਲਦਾ ਹੈ ਅਸੀਂ ਉੱਥੇ ਲੋਕਾਂ ਦੇ ਕੀ ਕਾਰਨ ਰਿਹਾ ਜੀ ਅੱਜ ਤੁਸੀਂ ਜਿਹੜਾ ਕਾਂਗਰਸ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ? ਕਾਰਨ ਕੋਈ ਨਹੀਂ ਹੈ, ਕਾਰਨ ਇਹੀ ਸੀਗਾ, ਮੈਨੂੰ ਸ਼ੌਕ ਸੀਗਾ। ਮੈਂ ਘਰ ਅੰਦਰ ਬੈਠੀ ਸੀ, ਸਾਰੀ ਸੀਟਾਂ ਫੁੱਲ ਹੋ ਗਈਆਂ, ਮੈਨੂੰ ਕਿਹਾ ਚਲੋ ਦੇਖਦੇ ਹੁਣ ਆਪਾਂ ਇੱਧਰ ਸਾਡੀ ਇੱਧਰ ਪਾਰਟੀ ਉੱਧਰੋਂ ਦੀ ਐਮਪੀ ਦੀ ਟਿਕਟ ਮਿਲੀ ਤੇ ਚਲੋ ਆਮ ਆਦਮੀ ਪਾਰਟੀ। ਜੇ ਉੱਧਰੋਂ ਜੇ ਸਾਨੂੰ ਕਾਂਗਰਸ ਤੋਂ ਨਹੀਂ ਐਮਪੀ ਦੀ ਟਿਕਟ ਮਿਲੀ ਤੇ ਅਸੀਂ ਚਲੋ ਆਮ ਆਦਮੀ ਪਾਰਟੀ। ਨਹੀਂ, ਇਹ ਤਾਂ ਹੁਣ ਦੇਖੋ ਵਕਤ ਦੀ ਸਾਹ, ਇਹ ਤਾਂ ਹੁਣ ਚੱਲੇ ਹੀ ਆ ਰਿਹਾ ਜਿਵੇਂ ਵੀ ਹੈਗਾ। ਹੁਣ ਤੁਸੀਂ ਵੀ ਇਸ ਚੀਜ਼ ਨੂੰ ਭਲੀ ਮੰਨਦੇ ਜਾਂਦੇ, ਸਮਝਦੇ ਸਾਰੀ ਗੱਲ ਤੇ ਕਾਂਗਰਸ। ਹਾਂਜੀ, ਦੱਸ ਦਿਓ ਅੱਜ ਦੀ ਕਾਨਫਰੰਸ ਬਾਰੇ। ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਸੀਗੇ ਬਲਜਿੰਦਰ ਸਿੰਘ ਚੋਂੜਾ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਿਉਂਕਿ ਹਰਬੰਸ ਕੌਰ ਦੁੱਲੋ ਜਿਹੜੇ ਕਿ ਪਿਛਲੇ ਦਿਨ ਪਾਰਟੀ ਦੀ ਆਨਲਾਈਨ ਮੈਂਬਰਸ਼ਿਪ ਲੈ ਚੁੱਕੇ ਨੇ, ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨਾ, ਤਾਂ ਉਹਨਾਂ ਨੇ ਆਪ ਆਫਰ ਕੀਤਾ ਕਿ ਮੇਰੀ ਬਜਾਏ ਪੰਜਾਬ ਲਈ, ਆਮ ਆਦਮੀ ਪਾਰਟੀ ਲਈ ਔਰ ਫਤਿਹਗੜ੍ਹ ਸਾਹਿਬ ਦੇ ਲਈ ਕਿਉਂਕਿ ਹਰਬੰਸ ਕੌਰ ਦੁੱਲੋ ਜਿਹੜੇ ਕਿ ਐਕਸ ਐਮ ਐਲ ਏ ਨੇ ਖੰਨਾ ਤੋਂ, ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤਾਂ ਬਿਹਤਰ ਹੈ। ਅਤੇ ਅਸੀਂ ਜਦੋਂ ਸਾਡੇ ਸਾਰੇ ਅਹੁਦੇਦਾਰਾਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਨਾਲ ਇਹ ਗੱਲ ਕੀਤੀ ਅਤੇ ਸਾਰਿਆਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਅਤੇ ਉਸੇ ਸੰਬੰਧ ਦੇ ਵਿੱਚ ਅੱਜ ਫਾਰਮਲੀ ਮਿਸਿਸ ਹਰਬੰਸ ਕੌਰ ਦੁੱਲੋ ਅਤੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਕੇ ਸਾਡੇ ਜਿਹੜੇ ਕੈਂਡੀਡੇਟ ਨੇ ਫਤਿਹਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ, ਉਹਨਾਂ ਦੀ ਜਗ੍ਹਾ ਅਸੀਂ ਇਹਨਾਂ ਨੂੰ ਨੋਮੀਨੇਟ ਕੀਤਾ। ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੜੇ ਬੜੇ ਮੌਕੇ ਦਾ ਮੈਂ ਇਸ਼ਤਿਹਾਰ ਕੀਤੇ ਆ, ਮਗਰ ਆਹ ਅਲੱਗ ਜਿਹੜਾ ਮੈਂ ਮੌਕਾ ਸੰਭਾਲਣ ਜਾ ਰਹੀ ਹਾਂ। ਭਾਅ ਜੀ ਹੱਥ ਪਿੱਛੇ ਰੱਖੋ, ਦਵਿੰਦਰ ਭਾਅ ਜੀ। ਆਮ ਆਦਮੀ ਪਾਰਟੀ ਇੱਕ ਐਸਾ ਲੋਕਾਂ ਦਾ ਕਾਫਲਾ ਸੀ, ਇੱਥੇ ਲੋਕਾਂ ਦਾ ਪਬਲਿਕ ਨਹੀਂ ਕੀਤੀ ਹੈਗੀ। ਉਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪ ਕਿਹਾ ਕਿ ਅਕਾਲੀ ਦਲ ਨੂੰ ਕਿ ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਛੱਡ ਦਿਓ, ਜੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਜਿਹੜਾ ਕਿ ਬਾਦਲ। ਪਿਆਰੇ ਸਾਥੀ ਸ੍ਰੀ ਜੈ ਕਿਸ਼ਨ ਜੀ ਰੌੜੀ ਸਾਹਿਬ, ਇਹ ਐਮ ਐਲ ਏ ਨੇ ਗੜਸ਼ੰਕਰ ਤੋਂ, ਤਰਨਦੀਪ ਹੋਰਾਂ ਦਾ ਵੈਸੇ ਪਾ ਲਾਂਗੇ।